आप कपड़े पाड़ के ना सारा पिंड इकट्ठा कर लो। भाभी तो रोटी मंगी और गाना कर दिया चिमटा मारा मेरे। दराज भी फरोल ते बेड ते सारे देख लिया किते नहीं हैगा। मम्मी ए मम्मी शीशा चल कोई तू आराम बैठ। मम्मी देखो माड़ा जा देख दी मैं इधर भी देख दी कदी लभदी फिरदी है दस की हाल बना के आया अपना सारा खराब करता ओदा करमजीत मैनू दे मेरा करम तेरी भाभी दा है करमजीत की हो गया मम्मी आ फिरदा तेरा ला देख ला हाय मैं मर जा सारा खराब करता कोती चके रहे मार दी कानू है देख ले की हाल करता सारे कासे दा बाकी समान किथे है मेरा दिमाग खराब कर दिंदा है अजगे ने रोटियां दे हाथ तड़के पागल नु किथे पागल पाप लगेंगे मेनू मेरा भी दिमाग खराब करके धरता तुसी ने बाकी समान लिया के दे मम्मी मेरा चल चल पुत बह जा कोई ना मैं बॉर्डर लाया जी ओ थप्पड़ मारिया मेरे कोई ना पुत तेरी भाभी है दस किमें चपेड़ मारी है कस के मुंह ते जवा के दे जे बावला मेरा पुत की करा मैं दा सिर चढ़ाई बिया गुरिंदर ने ओ नहीं कुछ कहंदा इनू जमाई वीरे नु दसूं मैं वीरा केड़ा तेरे सुनूंगा ओ भी ऐसे दी सुनूंगा पुत8 बजे दिन रोटियां कम ते हाथ नहीं लाउणा हैगा दे जाओ इन्हें लंगर पका पका के अई मां करी जाऊगी 8 बजे दिन रोटियां दे दो अई आप करी जाऊगा 8 बजे दिन रोटियां दे दो कम कोई करते नहीं है दो जने नहीं मेरा स्याणा पुत मां नु बोलदा की हो गया पुत मैनू नहीं पता भाभी तो रोटी मंगी ओ गाला करदी है चिमटा मारिया मेरे हाय हाय पुत ज्यादा रोटी खानी हुंदी है मेनू दस दिया कर ओदू ना कहया कर चंगा ओ तां वी गुस्सा करी जांदी है
चल पुत तू बैठ इतने मैं तेन पका के लिया के देनी रोटी रोटी खाएगा के परौंठा खाऊगा मेरा पुत मैं रोटी खाना भूख लगी है बैठ जा मैं बना के लिया के देनी मेरे पुत नु दस पता नहीं हजे किन्ना का टाइम लाऊगी इनू निकले आउन दे बाहर मैं तो फेरे दे दूंगी रोटी मुंडे तू फिर कुछ बोल दी फिरूगी मैं की करा एक तो ऊ चंद्रा भोला एक रब ने कर्म यह जे लिखते है किवें भज भज पैंदी है दस ना अगरिंदर उन्हों समझाउंदा मैं की कर सकदी हाँ बस परमात्मा तू ही कर सकदा इहदी राखी जवाक दी की करा मैं नहीं हुण तुसीं बूट पा के किधर नूं तैयारी खिंच ली ओ मैं बड़ा चंडीगढ़ जाके आना मंडी च मेरी गल सुनो मंडे मुंडे जपदा बाद च फिरियो ओ मैं गड्डी देखनी हां करी हुई है मैं बाद च देखी जाए ओ अपनियां गड्डियां ਬਈ ਦੇਖੋ ਮੈਂ ਨਹੀਂ ਇੰਨਾ ਚ ਰਹਿ ਸਕਦੀ ਮੈਂ ਤਾਂ ਅੱਡ ਹੋਣਾ ਹੈਗਾ ਉਹ ਤੇਰਾ ਦਿਮਾਗ ਠੀਕ ਹੈ ਕਿਆ ਹੋ ਗਿਆ ਤੈਨੂੰ ਮੇਰਾ ਦਿਮਾਗ ਠੀਕ ਹੀ ਹੈਗਾ ਮੈਨੂੰ ਨਹੀਂ ਚੱਲੇ ਬਾਜੇ ਚ ਕੱਟਿਆ ਜਾਂਦਾ ਮੈਂ ਤਾਂ ਆਪ ਪਾਗਲ ਹੋ ਜਾਊਂਗੀ ਇਹਨਾਂ ਨਾਲ ਓਹੋ ਤੂੰ ਜ਼ਿਆਦਾ ਨਾ ਬੋਲ ਰੋਟੀ ਪਾਣੀ ਰੋਟੀ ਪਾਣੀ ਕਰਕੇ ਦੇ ਕੇ ਪਰੇ ਉਹ ਤਾਂ ਪਕਾਉਣ ਨਹੀਂ ਦਿੰਦਾ ਚੱਲਾ ਜਾ ਉਹਦੀ ਸਿਰ ਤੇ ਖੜ ਜਾਂਦਾ ਆ ਕੇ ਦੇ ਦੇ ਰੋਟੀ ਉਹ ਜੇ ਸਿਆਣਾ ਹੁੰਦਾ ਇਹੋ ਜਿਹੀਆਂ ਹਰਕਤਾਂ ਕਾਹਨੂੰ ਕਰੇ ਤਾਂ ਹੀ ਤਾਂ ਸਿੱਧਰਾ ਕਹਿੰਦੇ ਆ ਉਹਨੂੰ ਤੂੰ ਇਗਨੋਰ ਕਰਿਆ ਕਰ ਤੂੰ ਆਪਦਾ ਕੰਮ ਕਰ ਗੱਲ ਖਤਮ ਬਸ ਮੇਰੀ ਗੱਲ ਸੁਣ ਲਓ ਮੈਂ ਤਾਂ ਅੱਡ ਹੋਣਾ ਹੈਗਾ ਆਪਣੀ ਜ਼ਮੀਨ ਵੰਡਾ ਆਪਣੀ ਮਾਂ ਨੂੰ ਕਹਿ ਕੇ ਮੈਂ ਨਹੀਂ ਇਹਨਾਂ ਨਾਲ ਰਹਿਣਾ ਹੈਗਾ ਅੱਡ ਹੋਣਾ ਨਹੀਂ ਮੈਂ ਤਾਂ ਪੇਕਿਆਂ ਨੂੰ ਚਲੇ ਜਾਣਾ ਫਿਰ ਦੇਖੀ ਜਾਏ ਆਲੇ ਦੁਆਲੇ ਓਹੋ ਚੱਲ ਜ਼ਮੀਨ ਤਾਂ ਵੰਡਾ ਲੂੰਗਾ ਮੈਂ ਜੇ ਅੱਡ ਹੋ ਜਾਵਾਂਗੇ ਰੋਟੀ ਪਾਣੀ ਕੌਣ ਦਊਗਾ ਇਹਨਾਂ ਨੂੰ ਮੇਰੀ ਗੱਲ ਸੁਣ ਲਓ ਪਹਿਲਾਂ ਵੀ ਤਾਂ ਤੁਹਾਡੀ ਮਾਂ ਹੀ ਪਕਾਉਂਦੀ ਸੀ ਹੁਣ ਪਕਾ ਲਿਆ ਕਰੂਗੀ ਪਹਿਲਾਂ ਕਿਹੜਾ ਮੈਂ ਹੀ ਪਕਾ ਕੇ ਜਾਂਦੀ ਸੀ ਸਾਰਾ ਦਿਨ ਮੈਂ ਉਹਦੀ ਨੌਕਰਾਣੀ ਹੈਗੀ ਮੈਂ ਹੁਣ ਗੱਲ ਕਿੱਦਾਂ ਕਰਾਂ ਜਿਵੇਂ ਮਰਜ਼ੀ ਕਰੋ ਤੁਹਾਡੀ ਮਾਂ ਆਏਗੀ ਨਹੀਂ ਫਿਰ ਮੈਨੂੰ ਸਿੱਧਾ ਹੋਣਾ ਪੈਣੇਗਾ ਫੇਰ ਨਾ ਕਿਹੋ ਜਾਵਾਂਗੇ ਕਿੱਥੇ ਕਿੱਥੇ ਰਹਾਂਗੇ ਮੈਂ ਤਾਂ ਸ਼ਹਿਰ 'ਚ ਰਹੂੰਗੀ ਮੈਥੋਂ ਨਹੀਂ ਇਹਨਾਂ ਨਾਲ ਪਿੰਡ 'ਚ ਰਿਹਾ ਜਾਂਦਾ ਹੈਗਾ ਆਪਦੇ ਉੱਥੇ ਕੋਠੀ ਪਾਵਾਂਗੀ ਚੱਲ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਗੱਲ ਠੀਕ ਹੈ ਮੈਂ ਹੁਣ ਤਾਂ ਜਾਇਆ ਵਾਂ ਜਾਇਓ ਪਹਿਲਾਂ ਆਪਦੀ ਮਾਂ ਨਾਲ ਗੱਲ ਕਰੋ ਫਿਰ ਚਲੇ ਜਾਇਓ ਚੱਲ ਕੋਈ ਨਹੀਂ ਤੂੰ ਨਾ ਬੋਲੀ ਤੈਂ ਫਿਰ ਬੁਰੀ ਪੈ ਜਾਣਾ ਮੈਂ ਗੱਲ ਕਰਦਾ ਤਾਂ ਨਾ ਜਗਰੂਪ ਪਤਾ ਨਹੀਂ ਚੀਜ਼ਾਂ ਕਿੱਥੇ ਰੱਖ ਰਹਿੰਦਾ ਮੈਨੂੰ ਤਾਂ ਉਹਦੀ ਚੀਜ਼ ਰੱਖੀ ਵੀ ਕਿਤੇ ਐਵੇਂ ਨਹੀਂ ਲੱਭਦੀ ਕੋਈ ਮੰਮੀ ਹਾਂ ਪੁੱਤ ਮੈਂ ਕੀ ਗੱਲ ਕਰਨੀ ਸੀ ਤੁਹਾਡੇ ਨਾਲ ਕਰ ਲੈ ਪੁੱਤ ਗੱਲ ਮੰਮੀ ਮੈਂ ਤਾਂ ਐਂ ਕਹਿੰਦਾ ਸੀ ਵੀ ਜਿਹੜੀ ਮੇਰੇ ਹਿੱਸੇ ਦੀ ਜ਼ਮੀਨ ਹੈ ਮੈਨੂੰ ਦੇ ਦਿਓ ਹੁਣ ਹੈ ਅੱਗੇ ਤਾਂ ਪੁੱਤ ਤਾਂ ਕਦੇ ਅਸੀਂ ਇਹਨਾਂ ਗੱਲਾਂ ਕਰੀਆਂ ਨਹੀਂ ਹੈਗੀਆਂ ਇਹ ਕੀ ਹੋ ਗਿਆ ਤੈਨੂੰ ਮੰਮੀ ਦੇਖ ਬਈ ਔਖਾ ਗਾ ਸਾਨੂੰ ਰਹਿਣਾ ਇੱਥੇ ਇੱਕ ਤਾਂ ਉਹ ਪਾਗਲ ਨਾ ਤਾਂ ਉਹਨੂੰ ਬੋਲਣ ਦਾ ਪਤਾ ਇੱਕ ਤਾਂ ਉਹਦੀ ਹਰਕਤਾਂ ਇਹੋ ਜਿਹੀਆਂ ਕਿ ਸਾਨੂੰ ਤਾਂ ਡਰ ਲੱਗਦਾ ਬਾਈ ਐਂ ਨਹੀਂ ਕਹਿੰਦੇ ਹੁੰਦੇ ਪੁੱਤ ਤੇਰਾ ਭਾਈ ਹੈ ਛੋਟਾ ਉਹ ਮੰਮੀ ਭਾਈ ਤਾਂ ਹੈ ਇੰਨਾ ਜ਼ਿਆਦਾ ਪਾਗਲ ਇੱਕ ਦੇਖ ਕਰਮਜੀਤ ਦਾ ਹੁਣ ਹਾਲਤ ਹੈ ਨਹੀਂ ਉਸ ਤਰ੍ਹਾਂ ਦੀ ਇਹਨੇ ਟੱਬਰ ਦੀ ਰੋਟੀ ਬਣਾਵੇ ਅਸੀਂ ਤਾਂ ਬਾਈ ਸ਼ਹਿਰ ਰਹਿਣਾ ਗਾ ਉੱਥੇ ਕੋਠੀ ਲੈ ਕੇ ਰਹਿਣਾ ਗਾ ਸਾਤੋਂ ਤਾਂ ਇੱਥੇ ਰਹਿ ਨਹੀਂ ਹੋਣਾ ਨਾ ਪੁੱਤ ਦੇਖੀ ਐਂ ਕਾਹਤੋਂ ਕਰਦਾ ਤੂੰ ਜ਼ਮੀਨ ਹੈ ਤੇਰੀ ਕਿਤੇ ਨਹੀਂ ਜਾਂਦੀ ਪੁੱਤ ਜ਼ਮੀਨ ਜਿਹੜੀ ਤੇਰੇ ਹਿੱਸੇ ਦੀ ਹੈ ਤੈਨੂੰ ਮਿਲ ਜੂਗੀ ਉਹ ਮੰਮੀ ਕੱਲ੍ਹ ਵੀ ਤਾਂ ਦੇਣੀ ਹੋਵੇ ਮੈਨੂੰ ਹੁਣ ਦੇ ਦਿਓ ਜਾਂ ਤਾਂ ਮਨਾ ਕਰ ਦਿਓ ਵੀ ਜ਼ਮੀਨ ਦੇਣੀ ਨਹੀਂ ਹੈਗੀ ਲੈ ਦੇਖ ਮੈਂ ਕੀ ਕਰਨੀ ਹੈ ਪੁੱਤ ਜ਼ਮੀਨ ਜ਼ਮੀਨ ਤੁਹਾਡੀ ਦੋਨਾਂ ਭਾਈਆਂ ਦੀ ਹੋਵੇ ਮੈਂ ਤਾਂ ਅੱਜ ਮਰੀ ਕੱਲ੍ਹ ਮਰੀ ਹੈ ਉਹ ਮੰਮੀ ਜਦ ਸਾਨੂੰ ਲੋੜ ਹੈ ਜਦ ਸਾਨੂੰ ਉਸ ਟਾਈਮ ਨਹੀਂ ਮਿਲੀ ਅਸੀਂ ਬਾਅਦ 'ਚ ਕੀ ਕਰਨੀ ਹੈ ਫਿਰ ਹੁਣ ਸਾਨੂੰ ਲੋੜ ਹੈ ਜ਼ਮੀਨ ਦੀ ਮੈਂ ਕੋਠੀ ਦੇਖੀ ਹੋਈ ਹੈ ਸ਼ਹਿਰ ਚੱਲ ਚੰਗਾ ਪੁੱਤ ਗੁੱਸੇ ਨਾ ਹੋ ਮੇਰਾ ਬੱਚਾ ਤੂੰ ਲੈ ਲਈ ਆਪਣੀ ਜ਼ਮੀਨ ਹਿੱਸੇ ਦੀ ਜਿਹੜੀ ਹੈਗੀ ਤੂੰ ਲੈ ਲੈ ਪੁੱਤ ਨਾਲੇ ਮੰਮੀ ਗੱਲ ਹੋਰ ਹੈ ਭੋਲੇ ਵਾਲੀ ਜ਼ਮੀਨ ਵੀ ਹੁਣੀ ਨਾ ਲਵਾ ਦਿਓ ਮੇਰੇ ਲੈ ਤੂੰ ਕਈਆਂ ਜਿਹੀਆਂ ਗੱਲਾਂ ਕਰਦਾ ਤੇਰਾ ਦਿਮਾਗ ਠੀਕ ਹੈ ਮੰਮੀ ਝੱਲਾ ਬਾਜਾ ਉਹਨੇ ਜ਼ਮੀਨ ਕੀ ਕਰਨੀ ਹੈਗੀ ਸਾਨੂੰ ਖਰਚਾ ਮਹੀਨੇ ਦਾ ਮੈਂ ਦੇਈ ਜਾਊਂਗਾ ਪੁੱਤ ਜ਼ਮੀਨ ਤੁਹਾਡੀ ਦੋਨੇ ਭਾਈਆਂ ਦੀ ਬਰਾਬਰ ਹਿੱਸਾ ਹੈ ਅੱਛਾ ਐ ਮੈਂ ਭੋਲੇ ਦਾ ਹੱਕ ਨਹੀਂ ਮਾਰ ਸਕਦੀ ਜਿੰਨਾ ਹੱਕ ਤੇਰਾ ਜ਼ਮੀਨ ਦਾ ਪੁੱਤ ਓਨਾ ਹੀ ਭੋਲੇ ਦਾ ਚਾਹੇ ਉਹ ਬੌਲਾ ਚਾਹੇ ਕਮਲਾ ਕਰਨੀ ਕੀ ਹੈ ਜ਼ਮੀਨ ਉਹਨੇ ਲੈ ਪੁੱਤ ਫਿਰ ਸਾਡਾ ਕੀ ਬਣੂਗਾ ਨਾਲੇ ਜੇ ਤੂੰ ਸ਼ਹਿਰ ਚਲਿਆ ਗਿਆ ਪੁੱਤ ਅਸੀਂ ਕੀ ਕਰਾਂਗੇ ਸਾਨੂੰ ਤਾਂ ਰੋਟੀ ਕਰਨੀ ਵੀ ਔਖਾ ਹੋ ਜਾਊਗਾ ਉਹ ਲੈ ਮੰਮੀ ਮੇਰੇ ਵਿਆਹ ਤੋਂ ਪਹਿਲਾਂ ਰੋਟੀ ਤੁਸੀਂ ਖਾਂਦੇ ਨਹੀਂ ਸੀ ਤੁਸੀਂ ਆਪ ਹੀ ਤਾਂ ਬਣਾਉਂਦੇ ਸੀ ਹੁਣ ਬਣਾ ਲਿਆ ਕਰੋ ਕਿੱਡੀ ਕੀ ਗੱਲ ਹੈ ਦੋ ਤਾਂ ਹੁਣ ਰੋਟੀਆਂ ਬਣਾਉਣੀ ਸਿਰਫ ਪੁੱਤ ਹੋਰ ਤਾਂ ਗੱਲਾਂ ਤੇਰੀਆਂ ਠੀਕ ਨੇ ਪਰ ਜਿਹੜੀ ਤੂੰ ਕਹਿਣਾ ਨਾ ਵੀ ਸਾਰੀ ਜ਼ਮੀਨ ਤੇਰੇ ਨਾਂ ਲਵਾ ਦੇ ਪੁੱਤ ਇਹ ਨਹੀਂ ਗੱਲ ਮੈਨੂੰ ਠੀਕ ਲੱਗੀ ਭੋਲਾ ਚਾਹੇ ਬੌਲਾ ਚਾਹੇ ਕਮਲਾ ਪੁੱਤ ਉਹਦਾ ਵਿਆਹ ਤਾਂ ਮੈਂ ਕਰੂੰਗੀ ਜ਼ਰੂਰ ਕੋਈ ਬਗਾਨੀ ਧੀ ਅੜਕ ਜੂਗੀ ਆਹ ਜ਼ਮੀਨ ਦੇ ਲਾਲਚ ਕਰਕੇ ਪੁੱਤ ਉਹਦਾ ਵੀ ਘਰ ਵੱਸਦਾ ਹੋ ਜੂਗਾ ਏ ਮੰਮੀ ਉਹ ਝੱਲੇ ਬਾਜੇ ਨੂੰ ਕਿਹਨੇ ਵਿਆਹ ਕਰਨਾ ਕਿਹਨੇ ਡੋਲਾ ਦੇਣਾ ਉਹਨੂੰ ਝੱਲਿਆਂ ਦਾ ਕਿਤੇ ਵਿਆਹ ਹੋਏ ਕਰਦਾ ਜੇ ਹੋ ਵੀ ਗਿਆ ਅਗਲਾ ਕੁੜੀ ਖੂਚ ਗੇਰੂਗਾ ਸਾਰੇ ਪਿੰਡ ਨੂੰ ਪਤਾ ਭੋਲੇ ਦਾ ਕੀ ਹਾਲ ਹੈਗਾ ਨਹੀਂ ਨਹੀਂ ਪੁੱਤ ਐਂ ਨਾ ਤੂੰ ਕਹਿ ਜੇ ਕਿਸੇ ਗਰੀਬ ਘਰ ਦੀ ਕੁੜੀ ਲਿਆਈਏ
मैं तो भोले का ब्याह जरूर करूंगी पुत, नाले सानू रोटी पकाने वाली आ जूगी, है घर च माड़ा मोटा रौनक हो जूगा। पुत बड़े बारी तो हूँ घर च ज्यादा जरूरत है बंद। चल ठीक है मम्मी, तू जमीन ना दे पर जमीन मैं ही बाऊंगा, मैं ही बीजूंगा, थानू मैं महीने का महीना खर्चा दे जाऊंगा। चल जे पुत आ गल है फिर जमीन तू सामभ ल, कर लै खेती अपने हिसाब न, पर पुत तू सानू खर्चा दे दिया कर। चल ठीक है मम्मी, फिर कल भी चलते आप कचहरिया च, जेडे मेरे चार किले हैं लवाओ मेरे नाम। चल चंगा पुत लवा ला अपने नाम, मर्जी है पुत तेरी, तू ही सियाना घर च। हुण बड़ी गल है की पढ़दी है? कुछ नहीं अज अखबार नहीं पढ़िया। मेरी गल सुनो। हाँ? मैं सोनू कल एक काम गया थी, करया मेरा काम। वो काम क्या? मैं गल कर ली, कर ली गल, गल कर ली, पर माता कहंदी मैं ता तेरी जमीन तेरे नाल लवाऊंगी, मैं भोले वाली जमीन तेरे नाल लवाऊंगी। भोला किथे लेके जाऊगा जमीन नु? कहंदी मैं ब्याह करना ओदा। तू क्यों टेंशन लैनी है, ओदा किहड़े ब्याह होना, ओदा ब्याह नहीं होना, कल बुढ़ी ने मर मुर जाना, भोला रह गया कला, अपा नहीं सामभना, नाले भोला सामभ लू नाले जमीन सामभ लू। ना फिर हुण मम्मी मनदी नहीं। ना मनण दे, मनदी नहीं मेरे मम्मी है। अच्छा हाँ सब ठीक ठाक बने, तू सुना की हाल चाल है कुड़े? तू तो कद फोन ही नहीं करती हैगी, किधर बिजी रहनी है? और मैं भी याद करती थी। बस भैने मैं तो की करना है, बैठी थी बस एवं, बड़ा मुंडा तो अलग हो गया, बग गया भैने, तो शहर रहन लग गया, कहता मेरी बहु तंग होंगी है, मैं तो इतने रहना नहीं है। और मैं भैने छोटा मुंडा बेचारा भोला, दो टाइम कट्टी जाने हूँ, टाइम तो कट्टना ही है भैने। सिद्धरे कमले नूं कौन पिया होगा, खड़ा कुड़ी दंदा भैने, बहुता भोला होगा। अच्छा ना चल जमीन तो हैगी है, जमीन तो सुख नाल चार तो भी साढ़े चार किले ने अपने कोल, दोनों भाइयों कोल हैगे ने 9-10 किले। हाँ हाँ चल देख ली गल करके, पर एक गल सुन ला भैने, जिथे भी रिश्ता करेंगी गल तोरेंगी, पर भैन उन्होंने साफ गल दस दी भी मुंडा यहा जा भोले मते दा, आपा भैने किसी नाल बेईमानी नहीं करनी हैगी, ना झूठ बोल के रिश्ता लेना है, कल नूं इत्थे रिश्ते टुटदे फिरन, तलाक तक गल पहुँचे। अज कल भैने कुड़ियां थोड़ियां जिहा तेज ने, पसंद नहीं करदियां इहो जिहे मुंडिआं नूं। हाँ चल तेरी मर्जी आ, पर भैने मैं तैनूं इह कहिणी आ फिर दुबारे भी तू गल अगले नाल सारी खोल दी, सच बोल के रिश्ता लवेंगे आपां, झूठ नहीं रखना भोरा भी। हाँ ना बेईमानी करिए भैने किसी नाल, ना करिए, ठीक है? अगले दी धी भैण दा जिंदगी दा सवाल है। चल ठीक है फिर करके पता मैनू दसी। चल खबर है मेरे भोले पुत दे भी कर्म खुले जाण, कोई आ जावे बगानी धी। दस की करा मैं दा बौले दा, बे मुंडिया बे भोले हुण इहनां नूं खंडाउणियां नाल खेडणा बंद कर दे, हुण पुत तू बड़ा हो गया, अच्छा हुण तेरा ब्याह कर देना है। मम्मी मेरा ब्याह करोगे? हाँ फिर तो मैं उहनूं दीदी क्या करूंगा। लै है चला दीदी का तो क्या करेंगा, तू पुत उहदा नाम लिया करी, जिवें तेरा भाई करमजीत का नाम लैके बुलाउंदा तू भी एक ने नाम लिया करी, हुण तू सियाणा बन जा, नाले आ बालां दा की हाल करी फिरदा, इहदा जूड़ा बना लै, पटका बन लिया कर, कुछ सियाणा हो जा पुत, समझ कर लै माड़ी मोटी। मम्मी मैं बड़ी कुछ सांगली नहीं दिंदा, जे मेरी सांगली लई मैं कुटूंगा बहुत। हां बे आ ता जान दे पहला, पहला ही कुटण दीआं गल्लां लग गया करन बौला। लै दस समझा ला इहनूं, है देख ला किवें चुन लई फिरदा सैंकल ही, मट जा।
ਮੈਂ ਲੱਗਦਾ ਲਗਾਉਣਿਆ ਇੱਕ ਗੱਲ ਹੁਣ ਲਾ ਇਹਨੂੰ ਇਹਨਾਂ ਨਾ ਅੱਜ ਅੱਜ ਖੇਡ ਲਾ ਫਿਰ ਕੱਲ ਨੂੰ ਨਹੀਂ ਮਿਲਣੇ ਹੈਗੇ ਕੱਲ ਨੂੰ ਆਪਣੇ ਘਰੋਂ ਲੈ ਕੇ ਆਉਣੇ ਆ ਆ ਆ ਆ ਮੇਰਾ ਤੋਤਾ ਆ ਮੇਰਾ ਡੋਗੀ ਆ ਆ ਆ ਮੇਰਾ ਪਿਸਤੌਲ ਤੋੜੀ ਨਾਟਨ ਮੇਰੀ ਦਾਦੀ ਆ ਮੇਰੀ ਬੱਚਾ ਠੀਕ ਆ खड़ौने ना खेलता है अपने ना पक्का जो धोखा है मैं नहीं रह सकती इस इधर नाल सारी उम्र पई है खट्टन नू मैं पढ़ी लिखी आ तो मैनू लगता दस भी नहीं पढ़िया होना डर लगन लग गया तो मैं कुंडी ला के पऊ इदा की पता की कर हरकत करे हाय मैं सवेरे पापा जी ने फोन करूंगी दस खड़ाने फिर ना खेडूंगी कित आई ना जावे डर लगता क्यों जी गल हो गई इन्हें तो मैं डराता आ कितने पल्ले पै गया मेरे तो बड़ा डर लगन लग गया मैं ना पापा जी ने फोन कर दी हाँ कम चलना हाँ जी सत श्रीकाल पापा जी मैं ना थोड़े ना एक जरूरी गल करनी है राणा पुत्त ओ राणा हाँ जी पापा जी आ गए बच्ची आज नंगे हो ठीक हो हाँ जी मैं ठीक हूँ तुसी दसो ठीक है आज पापा जी बैठो पापा जी मैं तो कदों दी डिग्री सी तुसी इन्ना टाइम लाता आनु ओ तो गल की हुई है गल तो बहुत वड्डी हुई है जिस दिन मेरा ब्याह होए ना ओ सिद्रा है कमला है जमा ही कमला बच्चियां वांगू मत आओ दी की गल करती होर अपने नाल तो धोखा हो गया विचोले ने अपने नाल झूठ बोलिया मैं नहीं कट सकती इहदे नाल मुंडा ਅਸੀਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਕਰਿਆ ਹੈਗਾ ਅਸੀਂ ਤਾਂ ਵਿਚੋਲੇ ਨੂੰ ਪਹਿਲਾਂ ਇਹ ਗੱਲ ਕਹੀ ਸੀ ਵੀ ਜਦ ਰਿਸ਼ਤਾ ਕਰਾਵੇ ਸਾਰੀ ਗੱਲ ਕੁੜੀ ਵਾਲਿਆਂ ਨੂੰ ਦੱਸੀ ਭੈਣ ਜੀ ਸਾਨੂੰ ਨਹੀਂ ਪਤਾ ਫਿਰ ਇਹ ਗੱਲ ਦਾ ਸਾਨੂੰ ਤਾਂ ਸਿਰਫ ਇੰਨਾ ਪਤਾ ਹੈ ਵੀ ਵਿਚੋਲਾ ਕਹਿੰਦਾ ਜੀ ਘਰ ਬਾਰ ਵਧੀਆ ਚੰਗੀ ਜ਼ਮੀਨ ਜਾਇਦਾਦ 8 ਕਿੱਲੇ ਜ਼ਮੀਨ ਆਉਂਦੀ ਹੈ ਇਹਦੇ 'ਚ ਭਾਈ ਸਾਹਿਬ ਸਾਡਾ ਕੋਈ ਕਸੂਰ ਨਹੀਂ ਹੈਗਾ ਅਸੀਂ ਤਾਂ ਵਿਚੋਲੇ ਨੂੰ ਪਹਿਲਾਂ ਪੂਰੀ ਗੱਲ ਦੱਸਤੀ ਸੀ ਵੀ ਝੂਠ ਨਹੀਂ ਬੋਲਣਾ ਹੈਗਾ ਅਸੀਂ ਕਿਉਂ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰੀਏ ਹੈ ਇਹ ਸਾਨੂੰ ਕੁਛ ਨਹੀਂ ਪਤਾ ਮੈਂ ਨਹੀਂ ਉਹਦੇ ਨਾਲ ਰਹਿ ਸਕਦੀ ਹੈਗੀ ਜੋ ਹੋਣਾ ਸੀ ਹੋ ਗਿਆ ਪੁੱਤ ਮੇਰੀ ਗੱਲ ਸੁਣ ਦੇਖ ਮੈਂ ਤੈਨੂੰ ਵਧੀਆ ਪੜ੍ਹਾਇਆ ਲਿਖਾਇਆ ਠੀਕ ਹੈ ਮੈਂ ਤਾਂ ਇੱਕ ਵਿਆਹ ਤੇਰਾ ਮਸਾਂ ਕਰਿਆ ਇੰਨੀਆਂ ਦਿਹਾੜੀਆਂ ਮਿਹਨਤਾਂ ਕਰ ਕਰਕੇ ਤੂੰ ਪੁੱਤ ਮੇਰੀ ਗੱਲ ਸੁਣ ਘਬਰਾ ਨਾ ਤੂੰ ਭੋਲਾ ਅਸੀਂ ਨੇ ਛੋਟੇ ਹੁੰਦੇ ਤੋਂ ਲਾਡਲਾ ਰੱਖਿਆ ਕਦੇ ਕੰਮ ਧੰਦੇ ਨਹੀਂ ਲਾਇਆ ਪੁੱਤ ਉਹ ਬਥੇਰਾ ਠੀਕ ਹੋ ਜੂਗਾ ਨਾਲੇ ਹੁਣ ਵਿਆਹ ਹੋ ਗਿਆ ਜ਼ਿੰਮੇਵਾਰੀ ਯਾਰ ਉਹਦੇ ਗਲ ਪਊਗੀ ਆਪੇ ਸਾਰਾ ਕੁਛ ਸਿੱਖ ਜੂਗਾ ਕੁਛ ਕੋਸ਼ਿਸ਼ ਪੁੱਤ ਤੂੰ ਕਰੀ ਕੁਛ ਉਹਨੂੰ ਮੈਂ ਸਮਝਾਉਂਗੀ ਐ ਨਹੀਂ ਕਰਦੇ ਹੁੰਦੇ ਸਿਆਣੀ ਬਣ ਜਾ ਪੁੱਤ ਆਪਣੇ ਨਾਲੇ ਹੁਣ ਹੋਰ ਕੌਣ ਹੈ ਘਰੇ ਧੀਏ ਮੇਰੀ ਜਿੱਤ ਹੁਣ ਤੇਰੇ ਹੱਥ ਆ ਤੂੰ ਇਸ ਘਰ ਨੂੰ ਆਪਣਾ ਘਰ ਹੀ ਸਮਝ ਤੇ ਭੋਲੇ ਦਾ ਆਪਾਂ ਇਲਾਜ ਕਰਾ ਲਾਂਗੇ ਇੱਕ ਤੋਂ ਇੱਕ ਡਾਕਟਰ ਪਿਆ ਮੇਰੀ ਧੀ ਬਣ ਕੇ ਹੁਣ ਇਸ ਘਰ ਨੂੰ ਤੂੰ ਆਪਣਾ ਘਰ ਠੀਕ ਹੈ ਪਾਪਾ ਜੀ ਜਿਵੇਂ ਤੁਸੀਂ ਕਹੋ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਨਾ ਨਾ ਪੁੱਤ ਮੈਂ ਤਾਂ ਕੰਮ ਛੱਡ ਕੇ ਆਇਆ ਮੈਨੂੰ ਜਾਣ ਦਿਓ ਨਹੀਂ ਤੁਸੀਂ ਚਾਹ ਪੀ ਕੇ ਜਾਇਓ ਨਹੀਂ ਕੋਈ ਨਹੀਂ ਮੈਨੂੰ ਕੰਮ ਛੱਡ ਕੇ ਆਇਆ ਫਿਰ ਮੈਨੂੰ ਡਿੱਗ ਗਿਆ ਚੰਗਾ ਪੁੱਤ ਚੰਗਾ ਜੀ ਸਤਿ
ਮੰਮੀ। ਹਾਂ ਪੁੱਤ। ਸਤਿ ਸ਼੍ਰੀ ਅਕਾਲ ਜੀ। ਮੰਮੀ ਆ 6000 ਰੁਪਇਆ, 1000 ਤੁਹਾਡੇ ਪਿਛਲੇ ਰਹਿੰਦਾ ਸੀ। ਠੀਕ ਹੈ ਠੀਕ ਹੈ ਪੁੱਤ। ਹਾਂ ਬਹਿ ਜਾ ਤੂੰ ਪੁੱਤ, ਚਾਹ ਬਣਾ ਕੇ ਲਿਆਉਣੀ ਆ ਮੈਂ ਚਾਹ ਪੀਣੀ। ਰਾਣਾ ਚਾਹ ਬਣਾ ਲੈ ਪੁੱਤ। ਹਾਂਜੀ ਲਿਆਉਣੀ ਆ। ਮੰਮੀ ਚਾਹ ਤਾਂ ਰਹਿਣ ਦਿਓ। ਉਹ ਕੋਈ ਨਾ, ਟਾਈਮ ਨਹੀਂ ਲੱਗਦਾ ਹੈਗਾ। ਮੈਂ ਫੇਰ ਪੀ ਜੂੰ, ਕੋਈ ਨਹੀਂ। ਹੋਰ ਬਹੂ ਦਾ ਜੀ ਵੀ ਲੱਗ ਗਿਆ? ਹਾਂ ਠੀਕ ਹੈ, ਖੁਸ਼ ਹੈ ਪੂਰੀ। ਅੱਛਾ ਲੈ ਕੇ ਆਈ ਕਿਤੇ ਉਹਨੂੰ ਵੀ ਮਿਲ ਕੇ ਜਾਇਓ। ਮੈਂ ਹਾਂ ਲੈ ਕੇ ਆਉਂਗਾ ਕਿਤੇ। ਮੈਂ ਤਾਂ ਬਹੂ ਬਹੁਤੀ ਯਾਦ ਆਉਂਦੀ ਹੈ। ਕੋਈ ਨਹੀਂ ਮੰਮੀ, ਆ ਨਾਲੇ ਤਾਂ ਹੈ ਕੋਈ ਨਹੀਂ। ਮੰਮੀ ਮੈਂ ਫੇਰ ਆਉਂਗਾ। ਚੰਗਾ ਤੈਨੂੰ ਤਾਂ ਕਾਲੀ ਹੋ ਰਹਿੰਦੀ ਆ। ਐ ਨਹੀਂ ਹੈਗਾ ਵੀ ਮਾਂ ਕੋਲ ਬਹਿ ਕੇ ਬਿੰਦ ਘੜੀ ਗੱਲਾਂ ਕਰ ਲਵੇ। ਜਦ ਵੀ ਆਉਂਦਾ ਛੇਤੀ ਛੇਤੀ ਚ ਆਉਂਦਾ। ਰਾਣਾ। ਮੰਮੀ ਜੀ, ਵੀਰ ਜੀ ਚਾਹ ਨਹੀਂ ਪੀ ਕੇ ਗਏ? ਨਾ ਪੁੱਤ, ਉਹ ਤਾਂ ਚੱਲਿਆ ਗਿਆ, ਕਹਿੰਦਾ ਫੇਰ ਆਊਂਗਾ। ਅੱਛਾ ਐਂ ਕਰ ਪੁੱਤ, ਲੈ ਆ ਤੂੰ ਪੈਸੇ ਸਾਂਭ ਕੇ ਰੱਖ ਦੇ। ਆ ਕਾਹਦੇ ਪੈਸੇ ਨੇ ਜੀ? ਉਹ ਪੁੱਤ ਆਪਾਂ ਨੂੰ ਮਹੀਨੇ ਬਾਅਦ ਖਰਚਾ ਦੇ ਦਿੰਦਾ ਹੁੰਦਾ। ਜਿੰਨੀ ਜ਼ਮੀਨ ਹੈ ਖੇਤੀਬਾੜੀ ਸਾਰੀ ਉਹ ਆਪੇ ਸਾਂਭਦਾ, ਸਾਨੂੰ ਤਾਂ ਬਸ ਮਾਂ ਪੁੱਤਾਂ ਨੂੰ ਖਰਚਾ ਫੜਾ ਜਾਂਦਾ ਮਹੀਨੇ ਬਾਅਦ। ਮੰਮੀ ਜੀ ਇੱਕ ਗੱਲ ਪੁੱਛਾਂ ਤੁਹਾਡੇ ਤੋਂ। ਹਾਂ ਪੁੱਤ, ਤੁਹਾਡੇ ਕੋਲ ਕਿੰਨੀ ਜ਼ਮੀਨ ਹੈ? ਲੈ ਜ਼ਮੀਨ ਤਾਂ ਪੁੱਤ ਸੁੱਖ ਨਾਲ ਹੈਗੀ ਆਪਣੇ ਕੋਲ, 9-10 ਕਿੱਲੇ ਦੋਏ ਭਾਈਆਂ ਦੇ। ਇੰਨੇ ਘੱਟ ਪੈਸੇ? ਚੱਲ ਪੁੱਤ ਕੋਈ ਨਾ, ਮੈਨੂੰ ਤਾਂ ਪੁੱਤ ਹਿਸਾਬ ਕਿਤਾਬ ਹੈ ਨਹੀਂ, ਇਹੀ ਤਾਂ ਅਨਪੜ੍ਹਤਾ ਦਾ ਔਖਾ ਹੈ, ਕੀ ਕਰਾਂ ਜਿਹੜਾ ਦੇ ਜਾਂਦਾ ਬਥੇਰਾ ਬਸ। ਹੁਣ ਜੇ 5000 ਨੇ ਤਾਂ 12 ਦਾ ਗੁਣਾ ਕੀਤੀ ਤਾਂ 60000 ਬਣਦੇ ਨੇ। ਇਸ ਹਿਸਾਬ ਨਾਲ ਤਾਂ ਕਾਫੀ ਪੈਸੇ ਬਣੇ। ਤੁਹਾਨੂੰ ਤਾਂ 1.5 ਲੱਖ ਤਾਂ ਦੇ ਕੇ ਜਾਣ, ਇੰਨੇ ਨਾਲ ਕੀ ਬਣਦਾ ਆ? ਲੈ ਕੁੜ ਤੈਂ ਤਾਂ ਮਿੰਟ 'ਚ ਦੀ ਹਿਸਾਬ ਕਰ ਲਿਆ, ਮੈਨੂੰ ਤਾਂ ਪੁੱਤ ਆਉਂਦਾ ਨਹੀਂ ਇੰਨਾ ਹਿਸਾਬ ਕਿਤਾਬ। ਜਿਹੜਾ ਦੇ ਜਾਂਦਾ ਠੀਕ ਆ, ਨਾਲੇ ਪੁੱਤ ਆਪਣਾ ਕਿਹੜਾ ਕੋਈ ਜ਼ਿਆਦਾ ਖਰਚਾ ਹੁਣ। ਕਿਉਂ ਨਹੀਂ ਖਰਚਾ ਹੈਗਾ, ਮੈਂ ਆ ਗਈ, ਮੇਰੇ ਆਪਦੇ ਖਰਚੇ ਨੇ। ਆਹ ਦੇਖ ਲਓ ਸੂਟ ਵੀ ਮੈਂ ਸਿੰਪਲ ਪਾਈ ਫਿਰਦੀ ਹਾਂ। ਚੱਲ ਕੋਈ ਨਾ, ਸੂਟ ਵੀ ਲੈ ਲਈ ਤੂੰ, ਗੁਰਿੰਦਰ ਨਾਲ ਮੈਂ ਆਪੇ ਕਰ ਲੂੰਗੀ ਗੱਲ। ਅੱਛਾ ਇਹ ਜ਼ਿਆਦਾ ਆਪਾਂ ਨੇ ਲੜਾਈ ਨਹੀਂ ਵਧਾਉਣੀ ਹੈਗੀ ਹੁਣ ਇਹਨਾਂ ਜਿਹੀਆਂ ਗੱਲਾਂ ਕਰਕੇ। ਚਲੋ ਠੀਕ ਹੈ ਮੰਮੀ ਜੀ, ਤੁਸੀਂ ਗੁੱਸਾ ਨਾ ਹੋਵੋ, ਮੇਰਾ ਕਹਿਣ ਦਾ ਤਾਂ ਫਰਜ਼ ਸੀ, ਬਾਕੀ ਤੁਸੀਂ ਆਪ ਹੀ ਸੋਚੋ। ਕਹਿੰਦੀ ਏ ਗੱਲ ਤਾਂ ਤੇਰੀ ਠੀਕ ਹੈ, ਗੱਲ ਤਾਂ ਤੇਰੀ ਗਲਤ ਨਹੀਂ ਹੈਗੀ। ਚਲੋ ਠੀਕ ਹੈ ਮੰਮੀ ਜੀ, ਮੈਂ ਕੰਮ ਕਾਰ ਕਰ ਲਾਂ, ਬਾਕੀ ਪੈਸੇ ਰੱਖ ਦਿੰਦੀ ਹਾਂ। ਚੰਗਾ ਪੁੱਤ ਕਰ ਲਾ ਕੰਮ, ਬਸ ਕਿਹੋ ਜਿਹਾ ਟਾਈਮ ਆ ਗਿਆ। ਉਹ ਤਾਂ 5000 ਨੇ ਤਾਂ ਬਾਹਲੀ ਗਰੀਬ ਮਾਰ ਹੋ ਰਹੀ ਹੈ ਇਹਨਾਂ ਨਾਲ, ਕਿੰਨੇ ਭੋਲੇ ਨੇ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਵੀ ਕਿੰਨੇ ਪੈਸੇ ਬਣਦੇ ਨੇ। ਇਹਦੇ ਨਾਲ ਕੀ ਬਣਦਾ, ਮਹਿੰਗਾਈ ਤਾਂ ਇੰਨੀ ਹੋ ਰਹੀ ਹੈ, ਭਾਅ ਜੀ ਨੂੰ ਮਾੜਾ ਮੋਟਾ ਦੇਖਣਾ ਚਾਹੀਦਾ। ਆਪ ਤਾਂ ਐਡੀ ਵੱਡੀ ਕੋਠੀ 'ਚ ਰਹਿ ਰਹੇ ਨੇ, ਸਾਡੇ ਵਾਰੀ 5000, ਇਹ ਤਾਂ ਗੱਲ ਬਣਨੀ ਨਹੀਂ ਹੈਗੀ। ਹਾਂਜੀ ਕਰਦੀ ਹਾਂ, ਪਾਪਾ ਜੀ ਨਾਲ ਗੱਲ ਕਰਦੀ ਹਾਂ। ਹੋਰ ਕੀ ਸਤਿ ਸ਼੍ਰੀ ਅਕਾਲ ਜੀ ਪਾਪਾ ਜੀ। ਰਾਣੋ ਪੁੱਤ, ਓ ਰਾਣੋ ਪੁੱਤ। ਹਾਂਜੀ ਪਾਪਾ ਜੀ, ਆਜੋ ਨੰਗਿਓ। ਹੋ ਠੀਕ ਆ ਪੁੱਤ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਜੋ ਅੰਦਰ, ਇੱਥੇ ਬਹਿ ਜਾਓ ਤੁਸੀਂ। ਠੀਕ ਆ ਬੱਚੇ। ਮੰਮੀ ਜੀ ਆ ਲੈ, ਆ ਤੇਰੀ ਤਾਈ ਨੇ ਪਿੰਨੀਆਂ ਦਿੱਤੀਆਂ ਸੀ। ਲੈ ਕੀ ਲੋੜ ਸੀ ਇਹਦੀ? ਕੋਈ ਨਹੀਂ ਪੁੱਤ, ਨਾਲੇ ਤਾਂ ਤੁਸੀਂ ਕੱਲ ਆਣਾ ਸੀ। ਉਹ ਪੁੱਤ ਮੈਂ ਤਾਂ ਪਟਵਾਰੀ ਕੋਲੇ ਗਿਆ ਸੀ। ਅੱਛਾ ਤੇ ਤੇਰੀ ਮੰਮੀ ਨੂੰ ਬੁਲਾ, ਫਿਰ ਆਪਾਂ ਕਰਦੇ ਹਾਂ। ਠੀਕ ਹੈ ਜੀ, ਮੈਂ ਬੁਲਾ ਲੈਂਦੀ ਹਾਂ। ਮੰਮੀ ਜੀ ਜਲਦੀ ਆਇਓ, ਪਾਪਾ ਜੀ ਆਏ ਨੇ। ਹੋਰ ਪੁੱਤ ਠੀਕ ਹੈ? ਹਾਂਜੀ ਠੀਕ ਹੈ, ਤੁਸੀਂ ਦੱਸੋ। ਮੰਮੀ ਜੀ ਪਾਪਾ ਜੀ ਆਏ ਨੇ। ਠੀਕ ਹੈ ਪੁੱਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆ ਪਿੰਨੀਆਂ ਲੈ ਕੇ ਆਏ ਸੀ, ਮੈਂ ਰੱਖ ਕੇ ਆਉਂਦੀ ਹਾਂ, ਤੇ ਨਾਲੇ ਤੁਹਾਡੇ ਵਾਸਤੇ ਪਾਣੀ ਲਿਆ। ਕੋਈ ਨਹੀਂ। ਚੰਗਾ ਲਿਆ ਪੁੱਤ, ਲਿਆ ਪਾਣੀ ਲਿਆ। ਲਿਆਉਂਦੀ ਹਾਂ ਜੀ। ਹੋਰ ਸੁਣਾਓ ਵੀਰ ਜੀ, ਠੀਕ ਠਾਕ? ਹਾਂ ਠੀਕ ਹੈ। ਚਲੋ ਭੈਣ ਜੀ, ਭੋਲਾ ਭੋਲਾ ਹੁਣ ਬਸ ਇੱਥੇ ਬਾਹਰ ਸਮਾਨ ਜਿਹਾ ਲੈਣ ਗਏ। ਅੱਛਾ ਅੱਛਾ, ਹੁਣ ਤਾਂ ਠੀਕ ਹੋ? ਹਾਂ ਠੀਕ ਹੈ ਵੀਰ, ਬਸ ਹੋ ਜੇ ਪਰਮਾਤਮਾ ਦੀ ਕਿਰਪਾ, ਹੋ ਜਾਵੇ ਠੀਕ। ਆ ਲੈ ਬਾਬੇ ਜੀ ਪਾਣੀ।
ਪਾਪਾ ਜੀ ਵੀ ਉਸ ਤੇ ਪਟਵਾਰੀ ਨੂੰ ਮਿਲ ਕੇ ਆਏ ਸੀ ਕੀ ਕਹਿੰਦਾ ਸੀ ਪਟਵਾਰੀ ਪੁੱਤ ਮੇਰੀ ਗੱਲ ਸੁਣ ਤੇ ਹਾਂਜੀ ਭੈਣ ਜੀ ਜਿਹੜਾ ਵੱਡਾ ਮੁੰਡਾ ਤੁਹਾਡਾ ਬਹੁਤ ਵੱਡੀ ਠੱਗੀ ਮਾਰੀ ਬੈਠਾ ਤੁਹਾਡੇ ਨਾਲ ਹਾਏ ਰੱਬਾ ਸਾਰੀ ਜ਼ਮੀਨ ਆਪਦੇ ਨਾਂ ਲਗਵਾਈ ਬੈਠਾ ਤੇ ਭੋਲੇ ਦੇ ਨਾਲ ਤਾਂ ਇੱਕ ਵਿਸਵਾ ਵੀ ਨਹੀਂ ਬੋਲਦਾ ਪਾਪਾ ਜੀ ਇਹ ਤਾਂ ਮੈਨੂੰ ਪਹਿਲੇ ਹੀ ਸ਼ੱਕ ਸੀ ਤਾਂ ਹੀ ਮੈਂ ਤੁਹਾਨੂੰ ਸੱਦਿਆ ਤਾਂ ਹੀ ਸ਼ਹਿਰ ਰਹਿੰਦੇ ਨੇ ਉਹ ਨਹੀਂ ਨਹੀਂ ਵੀਰ ਜੀ ਤੁਹਾਨੂੰ ਕੋਈ ਭੁਲੇਖਾ ਲੱਗ ਗਿਆ ਮੇਰਾ ਮੁੰਡਾ ਨਹੀਂ ਐਵੇਂ ਕਰ ਸਕਦਾ ਐ ਤਾਂ ਉਹ ਸਿਆਣਾ ਬਹੁਤ ਪਟਵਾਰੀ ਨੂੰ ਕੋਈ ਭੁਲੇਖਾ ਲੱਗ ਗਿਆ ਹੋਣਾ ਨਹੀਂ ਨਹੀਂ ਭੈਣ ਜੀ ਫਰਦ ਦੇ ਵਿੱਚ 8 ਦੇ 8 ਕਿੱਲੇ ਵੱਡੇ ਮੁੰਡੇ ਦੇ ਨਾਂ ਤੇ ਬੋਲਦੇ ਮੈਂ ਸਾਰਾ ਕੁਝ ਪਤਾ ਕਰਤਾ ਪਟਵਾਰੀ ਨੇ ਮੈਨੂੰ 3-3 ਵਾਰੀ ਫਰਦ ਦਿਖਾਈ ਕਹਿੰਦਾ 8 ਕਿੱਲੇ ਵੱਡੇ ਮੁੰਡੇ ਦੇ ਨਾਂ ਤੇ ਬੋਲਦੇ ਭੋਲੇ ਦੇ ਨਾਂ ਦਾ ਕੁਛ ਵੀ ਨਹੀਂ ਹੈ ਪੁੱਤ ਹੁਣ ਤਾਂ ਰਿਸ਼ਤੇ ਰਿਸ਼ਤੇ ਨਹੀਂ ਰਹੇ ਖੂਨ ਪਾਣੀ ਹੋ ਗਿਆ ਇਹੋ ਜਿਹਾ ਵੀ ਕਦੇ ਕੋਈ ਰਿਸ਼ਤਾ ਹੁੰਦਾ ਹਾਂਜੀ ਪਾਪਾ ਜੀ ਤੁਹਾਡੀ ਗੱਲ ਵੀ ਸਹੀ ਹੈ ਮੈਂ ਤਾਂ ਹੈਰਾਨ ਹੋ ਗਈ ਆਹ ਗੱਲ ਸੁਣ ਕੇ ਵੀ ਲੈ ਦੱਸ ਪ੍ਰੋਪਰਟੀ ਪਿੱਛੇ ਆਹ ਕੁਛ ਕਰਦੇ ਨੇ ਤੁਹਾਨੂੰ ਆਪ ਨੂੰ ਨਹੀਂ ਦਿਖਦਾ ਹੈਗਾ 4 ਕਿੱਲੇ ਬਣਦੇ ਨੇ ਸਾਡੇ 4 ਕਿੱਲੇ 5,000 ਦੇ ਦਿੰਦੇ ਨੇ ਮਹੀਨੇ ਦੇ ਦੱਸੋ ਮੈਂ ਤਾਂ ਹੈਰਾਨ ਹੋ ਗਈ ਉਸ ਦਿਨ ਪੈਸੇ ਦੇਖ ਕੇ ਪੁੱਤ 2.5 ਲੱਖ ਰੁਪਇਆ ਬਣਦਾ ਠੇਕੇ ਦਾ ਤੁਹਾਨੂੰ 5,000 ਹੀ ਦਿੰਦਾ ਹੋਰ ਜੀ ਮੈਂ ਤਾਂ ਹੀ ਤਾਂ ਤੁਹਾਨੂੰ ਸੱਦਿਆ ਪਾਪਾ ਜੀ ਹੁਣ ਕੀ ਕਰੀਏ ਕੋਈ ਤਾਂ ਹੱਲ ਕੱਢੋ ਇੰਨੇ ਪੈਸੇ ਨਾਲ ਸਾਡਾ ਕਿੱਥੇ ਗੁਜ਼ਾਰਾ ਹੋਊਗਾ ਉਹ ਤਾਂ ਤੁਹਾਨੂੰ ਪਤਾ ਹੀ ਸਿੱਧਰ ਹੈ ਉਹ ਤਾਂ ਕੋਈ ਕੰਮ ਕਰ ਨਹੀਂ ਸਕਦਾ ਮੈਂ ਤਾਂ ਹਜੇ ਵਿਆਹ ਕੇ ਆਈ ਹਾਂ ਹੁਣੀ ਕੀ ਕਹਿਣਗੇ ਲੋਕ ਵੀ ਹੁਣੀ ਵਿਆਹ ਕੇ ਆਈ ਹੈ ਹੁਣੀ ਨੌਕਰੀ 'ਤੇ ਲੱਗ ਗਈ ਕੋਈ ਤਾਂ ਹੱਲ ਕਰੋ ਪਾਪਾ ਜੀ ਤੁਸੀਂ ਤਾਂ ਉਹ ਤਾਂ ਹੱਲ ਤਾਂ ਹੈਗਾ ਮੈਨੂੰ ਪਟਵਾਰੀ ਨੇ ਦੱਸਿਆ ਵੀ ਜੇ ਆਪਣਾ ਭੋਲਾ ਬਿਆਨ ਦੇ ਦੇਣਾ ਜੱਜ ਮੂਹਰੇ ਵੀ ਮੈਨੂੰ ਕੁੱਟਮਾਰ ਕਰਕੇ ਮੈਂ ਤੋਂ ਅੰਗੂਠਾ ਲਵਾਇਆ ਤਾ ਫਿਰ ਤਾਂ ਗੱਲ ਬਣ ਸਕਦੀ ਹੈ ਅਤੇ ਆਪਣੇ ਭੋਲੇ 'ਤੇ ਨੌਂ ਜ਼ਮੀਨ ਹੋ ਜੂਗੀ ਉਦੋਂ ਬਿਆਨ ਦਵਾਉਣੇ ਪੈਣ ਲਾਜ ਸਾਰਾ ਕੁਛ ਹੈ ਜ਼ਮੀਨ ਆਪਣੇ ਹੱਥ 'ਚ ਫੇਰ ਆ ਜੂ ਦੇਖ ਤੂੰ ਮੈਂ ਪੜ੍ਹੀ ਲਿਖੀ ਮਿਹਨਤ ਕਰਨੀ ਪੈਣੀ ਕੇਸ ਕੇਸ 'ਤੇ ਖਰਚਾ ਵੀ ਹੋਊਗਾ ਉਹ ਤਾਂ ਦੇਖ ਮੈਂ ਤਾਂ ਨਹੀਂ ਇੰਨਾ ਪੜ੍ਹਿਆ ਲਿਖਿਆ ਨਾ ਹੀ ਤੇਰੀ ਬੀਬੀ ਪੜ੍ਹੀ ਲਿਖੀ ਹੈ ਠੀਕ ਹੈ ਤੂੰ ਮੈਂ ਪੜ੍ਹੀ ਲਿਖੀ ਅਤੇ ਤੈਨੂੰ ਮਿਹਨਤ ਵੀ ਕਰਨੀ ਪਊਗੀ ਜ਼ਮੀਨ ਆਪਣੇ ਭੋਲੇ ਨੂੰ ਮਿਲ ਜੂਗੀ ਠੀਕ ਹੈ ਆਪਾਂ ਨੂੰ ਦੌੜ ਭੱਜ ਬਹੁਤ ਕਰਨੀ ਪੈਣੀ ਕੋਈ ਗੱਲ ਨਹੀਂ ਪਾਪਾ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਮੇਰੇ ਨਾਲ ਰਹੋ ਰਸਤਾ ਤਾਂ ਮੈਂ ਲੱਭ ਕੇ ਰਹੂੰਗੀ ਜ਼ਮੀਨ ਤਾਂ ਅਸੀਂ ਸਾਰੀ ਲੈ ਕੇ ਛੱਡਾਂਗੇ ਜ਼ਮੀਨ ਨਹੀਂ ਉਹਨਾਂ ਨੂੰ ਦਿੰਦੇ ਭੈਣ ਜੀ ਜੇ ਆਪਾਂ ਵਰਿੰਦਰ ਤੇ ਕੇਸ ਕਰਦਾ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਨਾ ਨਾ ਵੀਰ ਜੀ ਮੈਨੂੰ ਕੀ ਇਤਰਾਜ਼ ਹੋਣਾ ਜਦ ਜਿੰਦਰ ਨੇ ਵੀ ਸਾਡੇ ਬਾਰੇ ਕੁਝ ਸੋਚਿਆ ਫਿਰ ਅਸੀਂ ਉਹਨੂੰ ਹੁਣ ਕੀ ਕਰਾਂਗੇ ਮੈਨੂੰ ਤਾਂ ਹੁਣ ਮੇਰੀ ਆਹੀ ਧੀ ਮੇਰਾ ਆਹੀ ਭੋਲਾ ਪੁੱਤ ਇਹੀ ਚੰਗੇ ਨੇ ਜਿਹੜੇ ਮੈਨੂੰ ਸਭ ਹੀ ਬੈਠੇ ਨੇ ਹੈਂ ਇਹਨਾਂ ਬਾਰੇ ਵੀ ਤੁਸੀਂ ਮੈਂ ਦੇਖਣਾ ਜਿਵੇਂ ਹੁੰਦਾ ਸਭ ਲੋਕ ਵੀ ਮੈਂ ਤੁਹਾਡੇ ਨਾਲ ਠੀਕ ਹੈ ਪੁੱਤ ਆਪਦਾ ਸੋਚ ਵਿਚਾਰ ਕੇ ਕਦਮ ਚੱਕਣਾ ਆਪਾਂ ਠੀਕ ਹੈ ਜੀ ਪਾਪਾ ਜੀ ਤੁਸੀਂ ਇੱਕ ਚੰਗੇ ਜਿਹੇ ਵਕੀਲ ਦਾ ਇੰਤਜ਼ਾਮ ਕਰੋ ਕੋਈ ਨਹੀਂ ਮੈਂ ਵਕੀਲ ਨਾਲ ਕਰ ਦਾਂਗਾ ਦੇਖ ਲਓ ਵੀਰ ਜਿਵੇਂ ਕੰਮ ਠੀਕ ਆਉਂਦਾ ਉੱਕਣੇ ਕਰ ਲਓ ਮੈਂ ਤਾਂ ਤੁਹਾਡੇ ਨਾਲ ਹਾਂ ਗੁਰਦੁਆਰੇ ਗਏ ਹੋਏ ਨੇ ਆ ਜਾਓ ਅੰਦਰ ਬਹਿ ਕੇ ਚਾਹ ਪਾਣੀ ਪੀ ਲੈਂਦੇ ਆ ਚਾਹ ਪਾਣੀ ਆ ਕੀ ਹੈ ਆ ਸੰਭਣ ਕਿਹਨੇ ਭੇਜੇ ਹੈਗੇ ਇਹ ਮੈਂ ਭੇਜੇ ਨੇ ਤੇਰਾ ਦਿਮਾਗ ਠੀਕ ਹੈ ਤੂੰ ਕੱਲ ਵਿਆਹ ਕੇ ਆਈ ਹੈ ਤੂੰ ਸਾਡੇ ਘਰ 'ਚ ਦਖਲ ਦੇਣ ਲੱਗ ਗਈ ਨਾ ਮੇਰਾ ਦਿਮਾਗ ਤੁਹਾਨੂੰ ਲੱਗ ਗਿਆ ਠੀਕ ਹੈ ਤੁਹਾਡਾ ਦਿਮਾਗ ਠੀਕ ਹੈ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ 5,000 ਰੁਪਏ ਮਹੀਨਾ ਦੇ ਦਿੰਦੇ ਹੋ ਆਪਦੇ ਵੱਲ ਦੇਖੋ ਕੋਠੀਆਂ 'ਚ ਰਹਿੰਦੇ ਹੋ ਆਪਦੇ ਬਾਰੇ ਸੇਕ ਲੱਗਿਆ ਤੁਹਾਨੂੰ ਕੀ ਘਾਟ ਹੈ ਤੁਹਾਨੂੰ ਐਡੀ ਤੁਹਾਨੂੰ ਕੋਠੀ ਛੱਡਤੀ ਹੁਣ ਜ਼ਮੀਨ 'ਤੇ ਤਾਂ ਮੇਰਾ ਹੱਕ ਹੈਗਾ ਮੈਂ ਹੀ ਬਹੁਨਾ ਮੈਂ ਹੀ ਬੀਜਦਾ ਕੱਲ੍ਹ ਨੂੰ ਵੀ ਮੇਰੇ ਕੋਲ ਆਉਣੀ ਹੈਗੀ ਨਾ ਕਾਹਦਾ ਹੱਕ ਭਾਲਦੇ ਹੋ ਸਾਡਾ ਵੀ ਹੱਕ ਹੈਗਾ ਜਿਹੋ ਜਿਹੀ ਜ਼ਮੀਨ ਤੁਹਾਡੇ ਕੋਲ ਉਹ ਜੀ ਸਾਡੇ ਕੋਲ ਵੀ ਹੋਣੀ ਚਾਹੀਦੀ ਹੈ 4 ਕਿੱਲੇ 4 ਕਿੱਲੇ ਸਾਡੇ ਨਾਮ ਵੀ ਲੱਗਣੇ ਚਾਹੀਦੇ ਨੇ ਜਿਹੜੀ ਤੁਸੀਂ ਧੋਖੇ ਨਾਲ ਜ਼ਮੀਨ ਲਿੱਤੀ ਹੈ ਨਾ ਸਾਡੀ ਜ਼ਮੀਨ ਵਾਪਸ ਕਰ ਦਿਓ ਨਹੀਂ ਤਾਂ ਅਸੀਂ ਕੋਰਟ ਦੇ ਥਰੂ ਲੈ ਹੀ ਲੈਣੀ ਹੈ ਤੂੰ ਕੋਰਟ ਦੇ ਥਰੂ ਜ਼ਮੀਨ ਲੈ ਲੇਂਗੀ ਉਹ ਤੂੰ ਕੱਲ ਤਾਂ ਆਈ ਹੈ ਨਾਲੇ ਆਪਣੀ ਔਕਾਤ 'ਚ ਰਹਿ ਸਾਡੇ ਪਰਿਵਾਰ ਦੇ ਮਰੇ ਤੈਨੂੰ ਵੜਨ ਦੀ ਕੋਈ ਲੋੜ ਨਹੀਂ ਕੀ ਗੱਲ ਮੈਂ ਔਕਾਤ 'ਚ ਰਹਾਂ ਕਿ ਤੁਸੀਂ ਰਹੋ ਔਕਾਤ 'ਚ ਜਾਣਦੀ ਐ ਮੈਂ ਤੁਸੀਂ ਮੈਨੂੰ ਗਰੀਬ ਸਮਝ ਰੱਖਿਆ ਪੜ੍ਹੀ ਲਿਖੀ ਆ ਪੜ੍ਹੀ ਲਿਖੀ ਮੇਰੇ ਬਾਪ ਨੇ ਮਜ਼ਦੂਰੀਆਂ ਕਰ ਕਰਕੇ ਮੈਨੂੰ ਪੜ੍ਹਾਇਆ ਜਾਣਦੀ ਐ ਮੈਂ ਕਾਨੂੰਨ ਕਦੋਂ ਦੀ ਮੈਂ ਇੱਜ਼ਤ ਕਰੀ ਜਾਣੀ ਆ ਤੂੰ ਤਾਂ ਸਿਰੇ ਚੜੀ ਜਾਂਦਾ ਆ ਜੇ ਤੂੰ ਵਾਪਸ ਨਾ ਲਏ ਨਾ ਮੈਂ ਚਾਹਾਂ ਤੇਰਾ ਇੱਥੇ ਗਲ ਘੋੜ ਕੇ ਤੈਨੂੰ ਜਾਨ ਤੇ ਮਾਰ ਦਵਾਂ ਨਾ ਹੱਥ ਲਾਓ ਲਾਓ ਤੁਸੀਂ ਹੱਥ ਆ ਕੱਪੜੇ ਪਾੜ ਕੇ ਨਾ ਸਾਰਾ ਪਿੰਡ ਇਕੱਠਾ ਕਰ ਲੂੰ ਫੇਰ ਪਤਾ ਲੱਗੂ ਔਕਾਤ ਕੀ ਚੀਜ਼ ਹੁੰਦੀ ਐ ਰਹਿਣਾ ਤੁਹਾਡਾ ਕੱਖ ਨਹੀਂ ਕਿਸ ਨੂੰ ਮੂੰਹ ਦਿਖਾਣ ਦੇ ਲਾਇਕ ਨਹੀਂ ਰਹੋਗੇ ਚੱਲ ਠੀਕ ਹੈ ਮੈਂ ਤੀਵੇਂ ਦੇ ਮੂੰਹ ਨਹੀਂ ਲੱਗਦਾ ਮੈਂ ਆਪੇ ਗਾ ਸਾਂਭ ਲੂੰਗਾ ਆਪੇ ਗੱਲ ਕਰੂੰਗਾ ਮੈਂ ਆਹੋ ਮੈਂ ਵੀ ਦੇਖਦੀ ਹਾਂ ਜ਼ਮੀਨ ਦਾ ਮੈਂ ਲੈ ਕੇ ਰਹੂੰ ਵਾਹਿਗੁਰੂ ਉਹ ਆ ਤਾਂ ਚਾਰੇ ਪੈਰ ਚੱਕ ਕੇ ਪੈ ਗਈ ਓਏ ਮੈਂ ਤਾਂ ਇਹਨਾਂ ਨੂੰ ਬੇਵਕੂਫ ਬਣਾਈ ਗਿਆ
ਪਰ ਇਹਨੂੰ ਵੀ ਬਣਾ ਦੇ, ਪੜ੍ਹੀ ਲਿਖੀ ਲੱਗਦੀ ਹੈ ਮੈਨੂੰ। ਚੱਲ ਕੋਈ ਨਹੀਂ, ਕਾਨੂੰਨ ਦਾ ਸਾਰਾ ਤਾਂ ਮੈਨੂੰ ਵੀ ਲੈਣਾ ਹੁੰਦਾ, ਕੋਈ ਨਹੀਂ ਜ਼ਮੀਨ ਤਾਂ ਨਹੀਂ ਛੱਡਦਾ ਮੈਂ। ਜਮੇ ਸ਼ਰਮ ਲਾ ਕੇ ਹੈ ਗਰੀਬ ਮਾਰ ਕਰਦੇ ਨੇ, ਕੋਈ ਨਾ ਜ਼ਮੀਨ ਤਾਂ ਮੈਂ ਲੈ ਕੇ ਛੱਡੂੰਗੀ, ਆਈ ਨਹੀਂ ਇਹਦਾ ਖਹਿੜਾ ਛੱਡਦੀ। ਆਇਆ ਜ਼ਮੀਨ ਕੀ ਹਾਲ ਕਰਦੀ ਹੈ, ਬਾਹਰ ਨਿਕਲਣੀ ਕੱਲ ਨੀ ਭੂਤਨੀ, ਕੀ ਹਾਲ ਕਰਦੀ ਹੈ, ਇੱਥੇ ਆ ਕੇ ਗੱਲ ਕਰ ਮੇਰੇ ਨਾਲ। ਆ ਕਿਹੜੇ ਆ ਗਈ ਰੋਲਾ ਪਾ, ਤੈਨੂੰ ਹੀ ਠੀਕ ਰਹੀ ਹੈ ਨਾ, ਕੀ ਗੱਲ ਕੀ ਰੋਲਾ ਪਾਇਆ ਤੇ, ਤੂੰ ਮੇਰੇ ਬੰਦੇ ਨੂੰ ਬੋਲੀ ਕਿਵੇਂ, ਕਿਉਂ ਕੱਪੜੇ ਪਾੜੇਗੀ ਤੂੰ। ਮੈਂ ਤਾਂ ਇੱਦਾਂ ਹੀ ਕਰੂੰਗੀ, ਆਪ ਦਾ ਤੁਹਾਨੂੰ ਦਿਖਦਾ ਨੀ ਹੈ, 8 ਦੇ 8 ਕਿੱਲੇ ਰੱਖੇ ਪਏ ਆ, ਸਾਡੇ ਕੋਈ ਹਿੱਸੇ ਨੀ ਆਉਂਦੇ ਹੈਗੇ, ਹੁਣ ਪਾੜ ਤੂੰ ਕੱਪੜੇ, ਲੈ ਮੈਂ ਹੀ ਪਾੜ ਦਿੰਦੀ ਹਾਂ। ਨਾ ਤੈਨੂੰ ਸ਼ਰਮ ਨੀ ਆਉਂਦੀ ਹੈਗੀ ਹੈ, ਇਹੋ ਜਿਹੀ ਹਰਕਤਾਂ ਕਰਦੀ ਹੈ ਨਾ, ਕੀ ਮੈਂ ਸਾਂਭਾ, ਆਪਦੇ ਘਰ ਵਾਲੇ ਨੂੰ ਸਾਂਭਲਾ, ਦੇਖ ਲੈ ਕਿੰਨੀ ਬੇਇੱਜ਼ਤੀ ਕਰਾ ਕੇ ਗਿਆ, ਲੱਗਦਾ ਹੁਣ ਤੇਰੀ ਵਾਰੀ ਹੈ। ਮੇਰੀ ਗੱਲ ਸੁਣ ਲੈ, ਤੂੰ ਉਸੇ ਨੂੰ ਬੋਲ ਗਈ, ਲੈ ਮੈਨੂੰ ਬੋਲ ਕੇ ਵਿਖਾ। ਮੜੇ ਨਾ ਤਮੀਜ਼ ਨਾਲ ਗੱਲ ਕਰ, ਇੱਥੇ ਜਿੱਥੇ ਖੜੀ ਹੈ ਨਾ, ਇਹ ਮੇਰਾ ਘਰ ਹੈ ਮੇਰਾ। ਮੇਰੀ ਗੱਲ ਸੁਣ ਲੈ, ਤੇਰਾ ਘਰ, ਕੱਲ ਦੀ ਭੂਤਣੀ ਤੂੰ ਆਈ ਹੈਗੀ, ਤੇਰਾ ਘਰ ਬਣ ਗਿਆ ਹੈ, ਸਾਂਝਾ ਘਰ ਹੈਗਾ ਇਹ, ਤੂੰ ਕੀ ਲੱਗ ਦੇਂਗੀ ਘਰ। ਕਿਉਂ ਤੁਸੀਂ ਕੋਠੀ ਨਹੀਂ ਪਾਈ ਹੈਗੀ, ਹੁਣ ਇਸ 'ਚ ਵੀ ਹਿੱਸਾ ਭਾਲ ਦਿਓ, ਪਹਿਲੇ 8 ਕਿੱਲੇ ਲੈ ਗਏ, ਹੋਰ ਭਾਲ ਦਿਓ ਇਹਦੇ ਵਿੱਚ ਹਿੱਸਾ। ਮੇਰੀ ਗੱਲ ਸੁਣੋ, ਬੇਵਕੂਫ ਤੁਸੀਂ ਹੋਰ ਕਿਸੇ ਨੂੰ ਬਣਾਇਓ, ਅੜੇ ਲੰਗ ਜਾ ਮਾਰ ਕੇ ਆਈ ਹੈ ਨਾ, ਉਹ ਪਿਆ ਡੰਡਾ, ਕਿਤੇ ਦੂਜੀ ਲੱਤ ਨਾ ਤੋੜਨੀ ਪੈ ਜੇ ਮੈਨੂੰ। ਮੇਰੀ ਗੱਲ ਸੁਣ ਲੈ, ਜਿਆਦੇ ਮੇਰੀ ਲੱਤਾਂ ਤੱਕ ਨਾ ਪਹੁੰਚ, ਫੜ ਕੇ ਧਰਤੀ 'ਚ ਘੱਟ ਦੂੰਗੀ। ਆ ਤੂੰ ਜਾ ਜਾ, ਕੰਮ ਕਰਦੀ ਬਣ, ਆ ਜਾਂਦੇ ਮੂੰਹ ਚੱਕੀ ਵੇਲੇ ਪਤਾ ਨੀ ਕਿੱਥੋਂ। ਹਾਂ ਤੂੰ ਤਾਂ ਬਹੁਤ ਨੌਕਰੀਆਂ ਤੇ ਬੈਠੀ ਹੈਗੀ, ਉਹ ਜਾ ਤੂੰ, ਦੇਖੂਗੀ ਤੈਨੂੰ ਮੈਂ, ਦੇਖੇ ਨੇ ਤੇਰੇ ਵਰਗੇ ਬਥੇਰੇ, ਆਈ ਵੱਡੀ ਦੇਖ ਲਈ ਦੇਖ ਲਈ। ਅੱਜ ਦਾ ਫੈਸਲੇ ਦਾ ਦਿਨ ਹੈ, ਹੇ ਪਰਮਾਤਮਾ ਸੁੱਖ ਰੱਖੀ ਮਹਾਰਾਜ। ਮੰਮੀ ਜੀ ਸੁੱਖ ਸੁੱਖ ਤਾਂ ਰੱਖ ਲਈ ਰੱਬ ਨੇ। ਅੱਛਾ ਧੀਏ, ਦੋ ਦੋ ਖੁਸ਼ਖਬਰੀਆਂ ਨੇ। ਅੱਛਾ, ਪਹਿਲਾਂ ਤਾਂ ਤੁਸੀਂ ਮੂੰਹ ਮਿੱਠਾ ਕਰੋ। ਸ਼ੁਕਰ ਹੈ, ਸ਼ੁਕਰ ਹੈ ਭਗਵਾਨ ਦਾ, ਇੱਕ ਤਾਂ ਆਪਾਂ ਕੇਸ ਜਿੱਤ ਗਏ। ਅੱਛਾ ਕੁੜੇ, ਦੂਈ ਕਿਹੜੀ ਖੁਸ਼ਖਬਰੀ ਹੈ? ਇਹ ਤੁਹਾਨੂੰ ਮੈਂ ਬੋਲ ਕੇ ਨਹੀਂ ਦਿਖਾਉਣੀ ਆ। ਅੱਛਾ ਜੇ ਸੁਣਿਓ, ਹਾਏ ਭੋਲਾ, ਨਹੀਂ ਮੇਰਾ ਪੁੱਤ ਕਿੰਨਾ ਸੋਹਣਾ ਲੱਗਦਾ ਹੈ। ਮੰਮੀ ਭੋਲਾ ਨਹੀਂ, ਜਗਰੂਪ ਸਿੰਘ ਧਾਲੀਵਾਲ। ਨਹੀਂ ਮੇਰਾ ਪੁੱਤ ਠੀਕ ਹੋ ਗਿਆ? ਹਾਂ ਮੰਮੀ, ਸ਼ੁਕਰ ਹੈ ਰੱਬ ਦਾ। ਇਹ ਸ਼ੁਕਰ ਇਹਦਾ ਵਾ, ਜਿਹੜੀ ਰਾਣੋ ਨੇ ਮੇਰੀ ਜ਼ਿੰਦਗੀ 'ਚ ਆਈ ਆ, ਤਾਂ ਇਹਨੇ ਸਭ ਕੁਛ ਠੀਕ ਕੀਤਾ। ਹਾਂ ਹਾਂ ਧੀਏ, ਤੇਰਾ ਬਹੁਤ ਬਹੁਤ ਧੰਨਵਾਦ, ਤੇਰੀ ਵਜ੍ਹਾ ਕਰਕੇ ਧੀਏ ਮੇਰਾ ਪੁੱਤ ਵੀ ਠੀਕ ਹੋ ਗਿਆ, ਸਾਨੂੰ ਜ਼ਮੀਨ ਵੀ ਮਿਲ ਗਈ ਸਾਰੀ, ਧੀਏ ਤੇਰਾ ਬਹੁਤ ਸ਼ੁਕਰੀਆ। ਨਾ ਮੰਮੀ ਜੀ, ਧੰਨਵਾਦ ਕਹਿਣ ਦੀ ਲੋੜ ਨਹੀਂ ਹੈਗੀ, ਇਹ ਤਾਂ ਰੱਬ ਦੀ ਮਿਹਰ ਹੈ ਜੀ, ਜਿਹੜੀ ਆਪਣੀ ਸੁਣ ਲਈ। ਨਹੀਂ ਧੀਏ, ਤੈਂ ਵੀ ਬਹੁਤ ਕੋਸ਼ਿਸ਼ ਕਰੀ ਹੈ। ਮੇਰੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਬੀ। ਠੀਕ ਹੋ ਗਿਆ ਤੂੰ? ਹਾਂ ਮੇਰੇ ਠੀਕ ਆ। ਮੰਮੀ ਮੈਂ ਤਾਂ ਗੱਲ ਕਰਨ ਆਇਆ ਤੁਹਾਡੇ ਨਾਲ, ਆ ਤੁਸੀਂ ਠੀਕ ਨਹੀਂ ਕੀਤਾ ਜਿਹੜਾ ਸਾਨੂੰ ਕੋਰਟ ਤੱਕ ਖਿੱਚ ਲੈ ਗਏ। ਚੰਗਾ ਤਾਂ ਗੁਰਿੰਦਰ ਤੁਸੀਂ ਨਹੀਂ ਕੀਤਾ ਹੈਗਾ। ਅੱਛਾ ਤੁਸੀਂ ਧੋਖੇ ਨਾਲ ਭੋਲੇ ਦੇ ਹਿੱਸੇ ਦੀ ਵੀ ਜ਼ਮੀਨ ਆਪਣੇ ਨਾਂ ਲਵਾ ਲਈ, ਧੋਖਾ ਕਰ ਲਿਆ ਬਹੁਤ ਜ਼ਿਆਦਾ, ਇਹ ਆਸ ਨਹੀਂ ਦੀ ਪੁੱਤ ਤੇਰੇ ਤੋਂ। ਅੱਛਾ ਵੀਰੇ, ਤੈਨੂੰ ਜ਼ਮੀਨ ਚਾਹੀਦੀ ਆ, ਚੱਲ ਮੈਂ ਤੇਰੇ ਨਾਲ ਜ਼ਮੀਨ ਕਰਾਉਣਾ, ਹੁਣ ਮੈਂ ਸਹੀ ਹੋ ਗਿਆ, ਹੁਣ ਮੈਂ ਆਪਣੇ ਦਸਾਂ ਨਹੁੰ ਦੀ ਕਿਰਤ ਕਮਾ ਕੇ ਆਪ ਖਾ ਸਕਦਾ, ਨਾਲੇ ਇਹੋ ਜਿਹੀ ਜ਼ਮੀਨ ਤੋਂ ਕੀ ਕਰਾਉਣਾ ਜਿਹੜੀ 4 ਕਿੱਲਿਆਂ ਪਿੱਛੇ ਘਰ 'ਚ ਕਲੇਸ਼ ਪਵਾਈ। ਫਿਰ ਦੇਖ ਲਓ, ਸੁਣ ਲਈਆਂ ਗੱਲਾਂ, ਜਿਹੜੇ ਭੋਲੇ ਦਾ ਤੁਸੀਂ ਇੰਨਾ ਬੁਰਾ ਕਰਦੇ ਤੇ, ਤੁਹਾਡੇ ਵਾਸਤੇ ਉਹ ਜਵਾਕ ਫੇਰ ਵੀ ਕਿੰਨਾ ਚੰਗਾ ਸੋਚਦਾ। ਅੱਛਾ ਹੁਣ ਕੁਛ ਸਮਝ ਕਰ ਲਓ ਤੁਸੀਂ। ਭੋਲੇ ਤੂੰ ਠੀਕ ਹੈ ਯਾਰ, ਅਸੀਂ ਗਲਤ ਹੈ, ਕਰਮਜੀਤ ਸਹੀ ਗੱਲ ਹੈ, ਜਿਹੜੀ ਜ਼ਮੀਨ ਕਰਕੇ ਘਰ 'ਚ ਕਲੇਸ਼ ਹੋਵੇ ਨਾ, ਉਹ ਜ਼ਮੀਨ ਤਾਂ ਮੰਨਣੀ ਵੀ ਨਹੀਂ ਚਾਹੀਦੀ। ਵੀਰੇ ਜਿਹੜੀ ਤੇਰੇ ਹੱਕ ਦੀ ਜ਼ਮੀਨ ਹੈ ਤੂੰ ਰੱਖ, ਜਿਹੜੀ ਮੇਰੇ ਹੱਕ ਦੀ ਜ਼ਮੀਨ ਹੈ ਮੈਂ ਰੱਖ। ਕਰਮਜੀਤ ਅੱਜ ਤੋਂ ਬਾਅਦ ਆਪਾਂ ਇਸੇ ਘਰ 'ਚ ਰਲ ਕੇ ਰਹਾਂ। ਭੈਣ ਮੇਰੀ, ਮੈਂ ਵੀ ਤੁਹਾਨੂੰ ਉੱਚਾ ਨੀਵਾਂ ਬਹੁਤ ਬੋਲ ਗਿਆ, ਮੈਨੂੰ ਆਪਣਾ ਵੱਡਾ ਵੀਰ ਸਮਝ ਕੇ ਮਾਫ਼ ਕਰ। ਨਾ ਵੀਰੇ ਇੰਜ ਨਾ ਕਹੋ, ਮੈਂ ਬਹੁਤ ਛੋਟੀ ਹਾਂ ਤੁਹਾਡੇ ਤੋਂ, ਮਾਫ਼ੀ ਮੰਗਦੇ ਚੰਗੇ ਨਹੀਂ ਲੱਗਦੇ ਤੁਸੀਂ। ਮੰਮੀ ਤੁਸੀਂ ਵੀ ਮੈਨੂੰ ਮਾਫ਼ ਕਰ ਦਿਓ, ਅੱਜ ਦੇ ਬਾਅਦ ਮੈਂ ਇਸ ਘਰ ਦੇ ਵਿੱਚ ਰਹੂੰ। ਕੋਈ ਨਾ ਪੁੱਤ, ਦੋਏ ਭਾਈ ਦੋਏ ਬਹੂਆਂ, ਪਿਆਰ ਨਾਲ ਰਹੋ ਮਿਲ ਜੁਲ ਕੇ, ਲੜਾਈ 'ਚ ਪੁੱਤ ਕੁਛ ਨਹੀਂ ਬਣਿਆ ਹੈਗਾ। ਆ ਜਾਓ ਚਾਹ ਬਣਾਉਂਦੇ ਆਪਾਂ।